ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਅਸਲਾਮ ਅਲੈਕੁਮ ਦੋਸਤੋ, ਉਮੀਦ ਕਰਦੇ ਤੁਸੀਂ ਸਭ ਖਰੀਅਤ ਨਾਲ ਹੋਵਾਂਗੇ, ਖੁਸ਼ਬਾਸ਼ ਹੋਵਾਂਗੇ, ਰਾਜ਼ੀ ਵਾਜ਼ੀ ਹੋਵਾਂਗੇ। ਦੋਸਤੋ, ਬੱਕਰੀਆਂ ਦਾ ਵਾੜਾ ਵੱਡਾ ਕਰਨ ਲੱਗੇ ਹਾਂ ਅਤੇ ਬੱਕਰੀਆਂ ਦਾ ਵਾੜਾ ਸੀਗਾ ਛੋਟਾ ਅਤੇ ਇਹਦੇ ਵਿੱਚ ਗੰਦ ਬਹੁਤ ਜਮ੍ਹਾਂ ਹੁੰਦਾ ਸੀਗਾ ਅਤੇ ਇਹਨਾਂ ਦੇ ਘੁੰਮਣ ਵਾਸਤੇ ਜਗ੍ਹਾ ਥੋੜ੍ਹੀ ਵੱਜਦੀ ਸੀ ਅਤੇ ਇਸ ਕਰਕੇ ਇੱਧਰ ਹੁਣ ਜਗ੍ਹਾ ਨਾ ਬਣਾਉਣ ਲੱਗੇ ਹਾਂ ਅਤੇ ਥੋੜ੍ਹੀ ਵਾਧੂ ਕਰਨ ਲੱਗੇ ਜਗ੍ਹਾ ਅਤੇ ਸੈਟਅਪ ਕਰਨ ਲੱਗੇ ਨਾਲ ਮਿੱਟੀ ਦੀ ਸੈਟਿੰਗ ਕਰਾਂਗੇ। ਬਾਕੀ ਜੰਗਲਾ ਬਣਾਇਆ ਲੋਹੇ ਦਾ, ਅੱਗੇ ਬਾਂਸਾਂ ਦਾ ਸੀਗਾ, ਬੱਕਰੀਆਂ ਜਿਹੜੀਆਂ ਵਿੱਚੋਂ ਨਿਕਲ ਕੇ ਆ ਜਾਂਦੀਆਂ, ਅਸੀਂ ਆਪਦੇ ਬਾਲਣ ਛਾਲਣ ਇੱਥੇ ਰੱਖਿਆ ਵਾ ਤਾਂ ਕਿ ਵੀ ਬੱਕਰੀਆਂ ਬਾਹਰ ਨਾ ਨਿਕਲ ਸਕਣ। ਬੱਕਰੀਆਂ ਮਾੜੀ ਜਿਹੀ ਜਗ੍ਹਾ ਤੋਂ ਵੀ ਨਿਕਲ ਆਉਂਦੀਆਂ ਵਾ ਅਤੇ ਲੋਹੇ ਦਾ ਹੁਣ ਸਰੀਏ ਦਾ ਯਾਨੀ ਕਿ ਜੰਗਲਾ ਜਿਹਾ ਬਣਾਇਆ ਵਾ ਅਤੇ ਉਹ ਫਿੱਟ ਕਰਕੇ ਅਤੇ ਇੱਥੇ ਫਿੱਟ ਕਰਾਂਗੇ, ਯਾਨੀ ਕਿ ਲਾਵਾਂਗੇ ਉਹ ਵੀ ਤੁਹਾਨੂੰ ਮੈਂ ਦਿਖਾਵਾਂਗਾ ਮਜ਼ੀਦ। ਅਤੇ ਟਰੈਕਟਰ ਨਾਲ ਜ਼ਰਾ ਮਿੱਟੀ ਪੱਧਰੀ ਕਰ ਦੇ ਪਏ ਹਾਂ ਅਤੇ ਜਿਹੜੀ ਮਿੱਟੀ ਘਟੇਗੀ ਉਹ ਫਿਰ ਉੱਧਰੋਂ ਟਰਾਲੀ ਭਰ ਕੇ ਲੈ ਕੇ ਆਵਾਂਗੇ ਅਤੇ ਉਹ ਸਿੱਟ ਕੇ ਅਤੇ ਜਗ੍ਹਾ ਬਰਾਬਰ ਲੈਵਲ ਜਿਹੀ ਕਰਕੇ ਅਤੇ ਇਹਦੇ ਪੀਲਰ ਸ਼ੀਲਰ ਆ ਗਾਡਰੀਆਂ ਜਿਹੀਆਂ ਬਣਾ ਕੇ ਅਤੇ ਉਹ ਫਿੱਟ ਕਰਾਂਗੇ ਅੱਲਾ ਖੈਰ ਕਰੇ। ਆਪਣਾ ਫਾਰਮ ਆ ਉਹ ਦੂਸਰੀ ਸਾਈਡ 'ਤੇ ਅਤੇ ਇੱਧਰ ਬੱਕਰੀਆਂ ਦਾ ਵਾੜਾ ਬਣਾਇਆ ਹੋਇਆ ਵਾ ਅਤੇ ਆਹ ਇੱਕ ਉਹਨਾਂ ਦੀ ਖੁੱਲ੍ਹੀ ਬਾਹਰ ਗਈ ਆ, ਇੱਕ ਇੱਦਾਂ ਹੀ ਉਹ ਕਮਰੇ ਦੇ ਵਿੱਚ ਉਹਨਾਂ ਦਾ ਜਿਹੜਾ ਅੰਦਰ ਸਰਦੀਆਂ ਵਾਲਾ ਕਮਰਾ ਵਾ ਉਹਦੇ ਵਿੱਚ ਪਈ ਹੋਈ ਆ ਅਤੇ ਬਾਕੀ ਜਿਹੜਾ ਵਾ ਮਿੱਟੀ ਥੋੜ੍ਹੇ ਜਿਹੇ ਲਿਆਉਣਗੇ ਚਾਲੀ ਉੱਥੇ ਵੀ ਕੰਮ ਕਰਨਾ। ਟਰੈਕਟਰ ਉੱਧਰ ਲੈ ਕੇ ਜਾਂਦੇ ਹਾਂ, ਉੱਧਰ ਜਾ ਕੇ ਭਰਦੇ ਜਗ੍ਹਾ, ਉਹ ਵੀ ਬੜੀ ਤੰਗ ਜਿਹੀ ਆ ਜਿੱਥੋਂ ਅਸੀਂ ਟਰਾਲੀ ਭਰਨੀ ਆ, ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਗੰਦਮ ਸ਼ੰਦਮ ਕਣਕਸ਼ਨ ਵੀ ਯਾਨੀ ਕਿ ਬੀਜੀ ਹੋਈ ਆ ਅਤੇ ਕਣਕ ਦੇ ਵਿੱਚੋਂ ਰਸਤਾ ਨਹੀਂ ਹੈ, ਪਰ ਹੈ ਛੋਟਾ ਜਿਹਾ ਇੱਕ ਟਿੱਬਾ ਆਪਣਾ ਅਤੇ ਲੇਕਿਨ ਉਹਦੇ ਵਿੱਚ ਰਸਤਾ ਨਹੀਂ ਹੈ। ਉਹਦੇ ਵਿੱਚ ਹੁਣ ਜਿਹੜਾ ਬੱਕਰੀਆਂ ਵਾਸਤੇ ਸੀ ਜੰਤਰ ਜਿਹਾ ਹੁੰਦਾ ਮੇਰੇ ਖਿਆਲ 'ਚ ਉਹ ਬੀਜ ਦਿੱਤਾ ਅਤੇ ਚੱਲਦੇ ਹਾਂ ਤੁਹਾਨੂੰ ਹੁਣ ਦਿਖਾਉਂਦੇ ਟਰਾਲੀ ਭਰ ਹੁੰਦੀ ਜਗ੍ਹਾ ਔਖੀ ਜਿਹੀ ਆ, ਚਾਚੂ ਭਰਨਗੇ ਟਰਾਲੀ। ਕਣਕਾਂ ਦੇ ਵੀ ਬਹੁਤ ਬੁਰੇ ਹਾਲ ਆ, ਇੱਧਰ ਚੈੱਕ ਕਰ ਸਕਦੇ ਤੁਸੀਂ, ਕਣਕ ਸਾਰੀ ਗਿਰ ਗਈ ਆ। ਦੇਖੋ ਹਾਂ ਕਣਕ ਬਹੁਤ ਜ਼ਿਆਦਾ ਬੁਰੇ ਹਾਲ ਨੇ ਕਣਕਾਂ ਦੇ। ਲਓ ਜੀ ਇੱਥੇ ਅੱਡਾ ਲਾਉਣ ਲੱਗੇ ਹਾਂ ਅਤੇ ਨਾਲ ਕਣਕ ਆ, ਕਣਕ ਦੇ ਵਿੱਚ ਸੜਕ ਰੱਖੀ ਹੋਈ ਆ ਪਰੇ ਫਾਰਮ 'ਤੇ ਜਾਣ ਨੂੰ, ਅਤੇ ਟਰੈਕਟਰ ਟਰੂਕਟਰ ਵੀ ਅਸੀਂ ਇੱਥੇ ਹੀ ਟਪਾਈ ਦਾ, ਟਰਾਲੀ ਵੀ ਸੋਲਰ ਵਾਲੀ ਇੱਥੋਂ ਹੀ ਟਪਾਈ ਦੀ ਆ ਉੱਦਾਂ ਦਾ। ਅਤੇ ਕਰਾਹ ਲੱਗ ਗਿਆ ਥੱਲੇ, ਕਰਾਹ ਤਾਂ ਆ ਕਰਾਹ ਥੋੜ੍ਹਾ ਜਿਹਾ ਤਾਂ ਚੱਕ ਲਓ, ਇੱਥੇ ਅੱਡਾ ਬਣਾ ਕੇ ਤਾਂ ਹੁਣ ਟਰਾਲੀ ਭਰਨੀ ਆ ਇਸ ਜਗ੍ਹਾ ਜਿੱਥੇ ਸਾਡੇ ਔਜ਼ਾਰ ਖੜ੍ਹੇ ਹੁੰਦੇ ਆ, ਇੱਥੋਂ ਭਰਾਂਗੇ ਮਿੱਟੀ।
ट्राली ले के आइए। ਲੱਗੀ ਜੀ ਅੱਡੇ ਤੇ ਪਰਲੀ ਸਾਈਡ ਜਿਹੜੀ ਬਹਿੰਦੀ ਹੈ ਨਾ ट्राली बह गई जी। Thank you.
ਚਾੜੀ ਆ ਥੋੜੀ ਜੀ ਚੜ ਗਿਆ ਜੀ ਬੈਗ ਜਾਣ ਦੇ ਬਸ ਪੈਪ ਕੱਸਣ ਵਾਲੇ ਆ ਜੀ ਹੁਣ ਪੈਪ ਕੱਸਦੇ ਹਾਂ ਤੇ ਫਿਰ ਚੱਕਦੇ ਹਾਂ ਟਰਾਲੀ ਜੈਕ ਪੈਪ ਕੱਸਣ ਵਾਲੇ ਪੈਪ ਸਿੱਟੇ ਵੀ ਥੱਲੇ ਹੀ ਪਏ ਨੇ